ਦੈਨ ਉਸ ਤੋਂ ਬਾਅਦ ਕੁਛ ਜਿਸ ਤਰ੍ਹਾਂ ਫਾਈਨੈਂਸ਼ੀਅਲ ਕੰਡੀਸ਼ਨ ਥੋੜ੍ਹੀ ਨਹੀਂ ਸਹੀ, ਬਿਜ਼ਨਸ 'ਚ ਲੋਸ ਹੋਣ ਕਰਕੇ, ਅਤੇ 2019 ਵਿੱਚ ਉਹਨਾਂ ਨੇ ਸੁਸਾਈਡ ਕਰ ਲਈ। ਦੈਨ ਉਸ ਤੋਂ ਬਾਅਦ 2020 ਵਿੱਚ ਮੇਰੇ ਹਸਬੈਂਡ ਨੇ ਵੀ, ਜਗਦੀਪ ਸਿੰਘ ਨੇ ਵੀ ਸੁਸਾਈਡ ਕਰ ਲਈ। ਫਿਰ ਬੈਂਕ ਦਾ ਕਰਜ਼ਾ ਸੀਗਾ, ਹੋਰ ਵੀ ਆਸੇ ਪਾਸੇ ਲੋਕ ਜਿਹੜੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀਗੇ। ਤੁਸੀਂ ਦੱਸੋ ਵੀ ਉਸ ਕੰਡੀਸ਼ਨ ਵਿੱਚ ਸਾਨੂੰ ਤਾਂ ਸਮਝ ਹੀ ਨਹੀਂ ਆਈ ਕਿ ਸਾਡਾ ਘਰ ਹੈ ਨਾ ਇੱਕਦਮ ਸਮਾਨ ਚੁੱਕੋ। ਉਹਨਾਂ ਨੇ ਬਥੇਰੇ ਤਰਲੇ ਮਿੰਨਤਾਂ ਕੀਤੇ ਵੀ ਸਰ ਨਹੀਂ ਹੈ ਨਾ, ਜੇ ਥੋੜ੍ਹੇ ਬਹੁਤੇ ਦੇ ਕੇ ਆਪਾਂ ਘਰ ਤੁਸੀਂ ਘਰ ਦੋ ਰਿਲੀਜ਼, ਕਿ ਬੱਚੇ ਨੂੰ ਰਹਿਣ ਦਿਓ, ਕਿੱਥੇ ਲੈ ਕੇ ਜਾਣਗੇ। ਪਰਿਵਾਰ ਸੀ ਜਿਹਨਾਂ ਦੀ ਜਿਹੜੀ ਕੋਠੀ ਕਾਲਜ ਦਾ ਲੋਨ ਨਾ ਦੇਣ ਸਕਣ ਕਰਕੇ ਨਿਲਾਮ ਕਰਦੀ, ਉਹ ਪਰਿਵਾਰ ਦਾ ਤੁਸੀਂ ਹਿਲਾ ਦਿਓ, ਛੋਟਾ ਜਿਹਾ ਬੱਚਾ ਕਿੰਨਾ ਦੇਖ ਰੋਣ ਆਉਂਦਾ ਇਸ ਚੀਜ਼ ਨੂੰ ਲੈ ਕੇ ਵੀ, ਜਿਹੜੇ ਇਹਨਾਂ ਦੇ ਪਰਿਵਾਰ ਦੇ ਮੁਖੀ ਸੀਗਾ ਜੋ ਕਿ ਇੱਕ ਡਿਪਾਰਟਮੈਂਟ ਰਿਟਾਇਰ ਸੀ, ਉਹਨਾਂ ਲੋਨ ਲਿਆ ਸੀ। ਉਹ ਲੋਨ ਲੈਣ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ, ਉਸ ਤੋਂ ਬਾਅਦ ਜਿਹੜਾ ਬੇਟਾ ਸੀ ਇਹਨਾਂ ਦਾ ਉਹ ਵੀ ਲੋਨ ਨਹੀਂ ਉਤਾਰ ਸਕਿਆ, ਉਹ ਡਿਪਰੈਸ਼ਨ 'ਚ ਆ ਗਿਆ, ਸੁਸਾਈਡ ਕਰ ਗਿਆ। ਔਰ ਲੋਨ ਦੇ ਚੱਲਦੇ ਇਹਨਾਂ ਨੂੰ ਪਰਿਵਾਰ ਨੂੰ ਬੇਘਰ ਕਰਦਾ, ਅੱਜ ਦੇ ਉਹ ਪਰਿਵਾਰ ਜਿੱਥੇ ਘਰ 'ਚ ਰਹਿੰਦਾ ਅੱਜ ਆਉਣ ਵਾਸਤੇ ਇੱਕ ਗਾਰਡ ਨੂੰ ਪੁੱਛਣਾ ਪੈ ਰਿਹਾ, ਭੈਣ ਜੀ ਕੀ ਸਾਰੀ ਘਟਨਾ ਸੀ, ਕੀ ਕਿੰਨਾ ਲੋਨ ਲਿਆ ਸੀ ਇਹਨਾਂ ਨੇ? ਸਰ ਮੇਰੇ ਸਹੁਰਾ ਸਾਹਿਬ ਆ ਸਰਦਾਰਿੰਦਰ ਸਿੰਘ ਜੀ, ਉਹਨਾਂ ਨੇ ਲੋਨ ਲਿਆ ਸੀਗਾ ਬੈਂਕ 'ਚੋਂ, ਅਤੇ ਮੈਨੂੰ ਨਹੀਂ ਐਗਜੈਕਟ ਪਤਾ, ਸ਼ਾਇਦ 17-18 ਵਿੱਚ ਲਿਆ ਸੀਗਾ, ਅਤੇ ਪਹਿਲਾਂ ਜਾਂਦੀ ਸੀਗੀ ਕਿਸ਼ਤ ਨਾ ਹਰ ਮਹੀਨੇ। ਦੈਨ ਉਸ ਤੋਂ ਬਾਅਦ ਕੁਛ ਜਿਸ ਤਰ੍ਹਾਂ ਫਾਈਨੈਂਸ਼ੀਅਲ ਕੰਡੀਸ਼ਨ ਥੋੜ੍ਹੀ ਨਹੀਂ ਸਹੀ, ਬਿਜ਼ਨਸ 'ਚ ਲੋਸ ਹੋਣ ਕਰਕੇ, ਅਤੇ 2019 ਵਿੱਚ ਉਹਨਾਂ ਨੇ ਸੁਸਾਈਡ ਕਰ ਲਈ। ਬੈਂਕ ਦਾ ਕਰਜ਼ਾ ਸੀਗਾ ਸਾਰੇ ਕਰਕੇ। ਦੈਨ ਉਸ ਤੋਂ ਬਾਅਦ 2020 ਵਿੱਚ ਮੇਰੇ ਹਸਬੈਂਡ ਨੇ ਵੀ, ਜਗਦੀਪ ਸਿੰਘ ਨੇ ਵੀ ਸੁਸਾਈਡ ਕਰ ਲਈ। ਫਿਰ ਬੈਂਕ ਦਾ ਕਰਜ਼ਾ ਸੀਗਾ, ਹੋਰ ਵੀ ਆਸੇ ਪਾਸੇ ਲੋਕ ਜਿਹੜੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀਗੇ, ਹੈ ਨਾ, ਕਰਜ਼ਾ ਲਿਆ ਸੀਗਾ। ਦੈਨ ਉਹਨੂੰ ਇਸ ਤੋਂ ਬਾਅਦ ਇਸ ਘਰ ਵਿੱਚ ਆਪਾਂ 4 ਸਾਲਾਂ ਤੋਂ, ਮੇਰੇ ਮਦਰ ਇਨ ਲਾਅ, ਮੇਰਾ ਬੱਚਾ 9 ਸਾਲ ਦਾ ਅਤੇ ਮੈਂ, ਨਾ ਅਸੀਂ ਤਿੰਨੇ ਰਹਿੰਦੇ ਪਏ, ਸਾਡਾ ਇਨਕਮ ਸੋਰਸ ਕੁਛ ਨਹੀਂ ਹੈਗਾ। ਅਤੇ ਬੈਂਕ ਹਰ ਵਾਰੀ ਆ ਕੇ ਸਾਨੂੰ ਹੈ ਨਾ ਕਹਿੰਦੇ ਵੀ ਤੁਸੀਂ ਕਰੋ ਪੇ ਕਰੋ ਇਹਨਾਂ ਦੀ ਜੋ ਵੀ ਕਿਸ਼ਤ ਆ, ਜੋ ਲੋਨ ਆ, ਜੋ ਜਈ ਸਾਹਿਬ ਨੇ ਲਿਆ, ਤੁਹਾਡੇ ਸਹੁਰਾ ਸਾਹਿਬ ਨੇ, ਅਤੇ ਉਹ ਤੁਹਾਨੂੰ ਪੇ ਕਰਨਾ ਪੈਣਾ ਵਾ, ਜੇ ਨਹੀਂ ਕਰਦੇ ਤਾਂ ਹੈ ਨਾ ਐਕਸ਼ਨ ਲਵਾਂਗੇ। ਅਸੀਂ ਸਾਹਿਬ ਨੂੰ, CM ਸਾਹਿਬ ਨੂੰ ਵੀ ਚਿੱਠੀ ਲਿਖੀ, DC ਸਾਹਿਬ ਨੂੰ ਵੀ ਚਿੱਠੀ ਲਿਖੀ, ਮਤਲਬ ਜਿੰਨੀ ਕੁ ਆਪਾਂ ਕਰ ਸਕੇ ਆਪਾਂ ਕੀਤਾ ਆਪਣੇ ਵੱਲੋਂ। ਹੁਣ ਪਰਸੋਂ ਉਹ ਅਚਾਨਕ ਆਏ ਆ, ਮੇਰਾ ਬੇਟਾ ਸੀਗਾ ਘਰ ਅਤੇ ਮਦਰ ਸੀਗੇ, ਸਾਨੂੰ ਨਹੀਂ ਪਤਾ, ਉਹ ਆਪਣੀ 2-3 ਗੱਡੀਆਂ ਵਿੱਚ ਆਏ ਅਤੇ ਪੁਲਿਸ ਵੀ ਲੈ ਕੇ ਆਏ, ਲੇਡੀ ਸਟਾਫ ਵੀ ਨਾਲ ਲੈ ਕੇ ਆਏ, ਅਤੇ ਆਉਂਦੇ ਹੈ ਨਾ, ਪਹਿਲਾਂ ਮੈਂ ਤਾਂ ਬਾਹਰ ਰਿਕੁਐਸਟ ਕੀਤੀ ਕਿ ਸਰ ਨਾ ਮੇਰਾ ਬੱਚਾ ਛੋਟਾ ਵਾ, ਨਾ ਹੈ ਨਾ ਕਿ ਆਪਾਂ ਨਹੀਂ ਛੱਡ ਸਕਦੇ। ਉਹਨਾਂ ਨੇ ਕਿਹਾ ਵੀ ਨਹੀਂ, ਸਾਨੂੰ ਬੈਠਣ ਦਿਓ, ਬੈਠ ਕੇ ਗੱਲ ਕਰਨੇ ਆ। ਜਿਸ ਤਰ੍ਹਾਂ ਹੀ ਅੰਦਰ ਬੈਠਣ ਵਾਸਤੇ ਆਏ ਤਾਂ ਉਹਨਾਂ ਨੇ ਸਭ ਕਰਨਾ ਸ਼ੁਰੂ ਕਰ ਦਿੱਤਾ ਕਿ ਆਪਾਂ ਕਰਨਾ ਲੋਕ ਕਰਨਾ, ਕਿ ਤੁਸੀਂ ਸਮਾਨ ਚੁੱਕ ਸਕਦੇ ਤਾਂ ਚੁੱਕ ਲਓ ਜਿੰਨਾ ਕੁ ਆਪਣਾ ਜ਼ਰੂਰਤ ਦਾ। ਅਤੇ ਤੁਸੀਂ ਦੱਸੋ ਵੀ ਉਸ ਕੰਡੀਸ਼ਨ ਵਿੱਚ ਸਾਨੂੰ ਤਾਂ ਸਮਝ ਹੀ ਨਹੀਂ ਆਈ ਕਿ ਸਾਡਾ ਘਰ ਹੈ ਨਾ ਇੱਕਦਮ ਸਮਾਨ ਚੁੱਕੋ, ਸੌਖਾ ਥੋੜ੍ਹੀ ਕਰ, ਨੋਟਸ ਵਗੈਰਾ ਕੋਈ ਤਾਂ ਪਹਿਲਾਂ ਵੀ ਤੁਸੀਂ ਘਰ ਖਾਲੀ ਕਰ ਦਿਓ। ਸਰ ਘਰ ਖਾਲੀ ਦਾ ਨਹੀਂ, ਇਹੀ ਕਹਿੰਦੇ ਵੀ ਹੈ ਨਾ ਤੁਹਾਨੂੰ ਕਰਨਾ ਪੈਣਾ, ਤੁਹਾਨੂੰ ਪੇ ਕਰਨਾ ਪੈਣਾ। ਅਤੇ ਸਾਨੂੰ ਸਭ ਨੇ ਇਹੀ ਸੁਜੈਸਟ ਕੀਤਾ ਵੀ ਨਹੀਂ ਇੱਦਾਂ ਨਹੀਂ ਕਰ ਸਕਦੇ, ਤੁਹਾਨੂੰ ਘਰੋਂ ਕੱਢ ਕੇ ਜਾਂ ਘਰ ਦੇ ਹੋਣ ਦੇ ਬਾਵਜੂਦ ਤੁਹਾਨੂੰ ਲੋਕ ਨਹੀਂ ਕਰ ਸਕਦੇ, ਵੀ ਬੱਚਾ ਵਾ ਉਹ ਬਜ਼ੁਰਗ ਨੇ ਅਤੇ ਹੈ ਨਾ, ਹਾਂ ਅਤੇ ਇੱਦਾਂ ਨਹੀਂ ਤੁਹਾਨੂੰ ਇੱਕਦਮ ਬਾਹਰ ਕੱਢ ਸਕਦੇ, ਅਤੇ ਮਤਲਬ ਤੁਹਾਡੀ ਮਦਦ ਹੋਏਗੀ, ਸਰਕਾਰ ਵੀ ਤੁਹਾਡੀ ਕਰੇਗੀ ਮਦਦ, ਕਿ ਸਾਡੇ ਹੈ ਨਾ ਏਜੰਟਸ ਸਾਡੇ ਘਰ ਵਿੱਚ ਕੋਈ ਵੀ ਨਹੀਂ ਹੈਗਾ, ਆਪਾਂ ਦੋਨੋਂ ਲੇਡੀਜ਼ ਅਤੇ ਬੱਚਾ। ਤੁਸੀਂ ਕੰਪਲੇਨ ਦੇ ਬਾਰੇ ਤੁਹਾਡੇ ਇੰਨੀ ਕਿਸਾਨ ਜਥੇਬੰਦੀਆਂ ਆਉਂਦੀਆਂ, ਤੁਹਾਨੂੰ ਤੁਹਾਡੇ ਇੱਥੇ ਕੋਈ ਤੁਹਾਡੀ ਹੈਲਪ ਕਰਨ ਵਾਸਤੇ ਸਾਹਮਣੇ ਨਹੀਂ ਆ ਭੈਣ ਜੀ? ਨਹੀਂ ਸਰ, ਕੋਈ ਡਾਕਟਰ ਸਾਹਿਬ, ਡਾਕਟਰ KJ ਹੈ ਨਾ, ਅਤੇ ਜੋ ਵੀ ਮੇਰੇ ਬ੍ਰਦਰ ਨੇ ਉਹ ਆਏ ਉਸ ਟਾਈਮ 'ਤੇ।
ਉਹਨਾਂ ਨੇ ਬਥੇਰੇ ਤਰਲੇ ਮਿੰਨਤਾਂ ਕੀਤੇ ਵੀ ਸਰ ਨਹੀਂ ਹੈ ਨਾ, ਜੇ ਥੋੜ੍ਹੇ ਬਹੁਤੇ ਦੇ ਕੇ ਆਪਾਂ ਕਰ ਤੁਸੀਂ ਕਰ ਦਿਓ ਰਿਲੀਜ਼, ਕਿ ਬੱਚੇ ਨੂੰ ਰਹਿਣ ਦਿਓ, ਕਿੱਥੇ ਲੈ ਕੇ ਜਾਣਗੇ। ਬਟ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ, 4-5 ਘੰਟੇ ਆਪਾਂ ਉਹਨਾਂ ਦੀ ਬਸ ਰਿਕੁਐਸਟਾਂ ਹੀ ਕਰਦੇ ਰਹੇ, ਤਰਲੇ ਮਾਰਦੇ ਰਹੇ ਵੀ ਹੈ ਨਾ ਸਾਨੂੰ ਟਾਈਮ ਦਿਓ, ਟਾਈਮ ਦਿਓ, ਆਪਾਂ ਘਰ ਨਹੀਂ ਛੱਡ ਸਕਦੇ। ਬਟ ਨਹੀਂ, ਹੁਣ ਫਿਰ ਤੁਸੀਂ ਕਿਵੇਂ ਰਹਿ ਰਹੇ ਹੋ, ਕਿੱਦਾਂ ਕਿੱਥੇ ਰਹਿ ਰਹੇ ਹੋ, ਪਰਿਵਾਰ ਨਿਖੜ ਗਿਆ, 3 ਜੀਆਂ ਦਾ ਪ੍ਰੋਬਲਮ ਵੀ ਨਿਖੜ ਗਿਆ, ਕਿਵੇਂ? ਤੁਸੀਂ ਸਰ ਦੱਸੋ ਹੈ ਨਾ, ਆਪਣੇ ਰਿਸ਼ਤੇ ਦਾ ਘਰ, ਮੇਰੇ ਫਾਦਰ ਸਾਹਿਬ ਨੇ ਇੱਥੇ, ਮੈਂ ਉਹਨਾਂ ਘਰ ਚਲ ਗਈ, ਠੀਕ ਹੈ ਨਾ, ਇਹ ਆਪਣੇ ਇੱਧਰ ਲਾਗੇ ਗੁਆਂਢੀਆਂ ਘਰ ਜਾਣਾ, ਉੱਧਰ ਚਲ ਗਏ, 3 ਜੀ ਵੀ ਨਿਖੜ ਗਏ। ਸਰ ਸਾਡੇ ਕੋਲ ਹੁਣ ਹੈ ਹੀ ਨਹੀਂ, ਆਪਾਂ ਕਿੱਥੇ ਜਾਈਏ? ਤੁਸੀਂ ਆ ਦੇਖੋ, ਛੋਟਾ ਜਿਹਾ ਬੱਚਾ ਤੁਸੀਂ ਦੱਸਦਾ ਵੀ ਬੱਚੇ, ਬੇਟਾ ਕਿਹੜੀ ਕਲਾਸ 'ਚ ਪੜ੍ਹਦਾ ਪੁੱਤ? 4th। ਪੁੱਤ ਕੀ ਘਰ ਖਾਲੀ ਕਰਾ ਲਿਆ? ਹਾਂਜੀ। ਕਿੱਥੇ ਰਹਿ ਰਹੇ ਬੇਟਾ ਹੁਣ? ਜਿੱਤਰੀ ਮੋਸੀ ਘਰ। ਤੁਸੀਂ ਰਿਕੁਐਸਟ ਕੀਤੀ ਅਫਸਰਾਂ ਨੂੰ ਬੜੀ? ਹਾਂਜੀ। ਕੀ ਕਹਿੰਦੇ ਪੁੱਤ? ਕਹਿੰਦੇ ਕਿ ਲੋਕ ਕਰਨਾ ਹੀ ਆ ਉਹਨਾਂ ਨੇ, ਤੇ ਫਿਰ ਉਹਨਾਂ ਨੇ ਲੋਕ ਕਰਕੇ ਚਲ ਗਏ। ਹੁਣ ਪੁੱਤ ਦੇਖ ਕੇ ਆਪਣਾ ਘਰ ਕਿੱਦਾਂ ਲੱਗਦਾ, ਰੋਣ ਆਉਂਦਾ? ਹਾਂਜੀ। ਸਰ ਉਹ ਤਾਂ ਉਸ ਦਿਨ ਤਾਂ ਬੈਠਾ ਨਹੀਂ ਕਿ ਮੈਂ ਆਪਣੇ ਘਰ ਨੂੰ, ਮੈਂ ਜਾਣਾ ਵਾਪਸ ਘਰ, ਮੈਂ ਘਰ ਜਾਣਾ ਨਾ, ਮੈਨੂੰ ਪਤਾ ਕਿ ਕਿਵੇਂ ਮੈਂ ਉਹਨਾਂ ਕਰਦੀ ਪਈ ਹਾਂ ਮੈਨੇਜ। ਮੈਂ ਕਹਿੰਦੀ ਪੁੱਤ ਚੱਲ ਜਾਂਗੇ ਘਰ, ਮੰਮਾ ਮੈਨੂੰ ਘਰ ਲੈ ਜਾਓ, ਮੈਂ ਘਰ ਜਾਣਾ ਵਾਪਸ ਆਪਣੇ। ਤੁਸੀਂ ਦੱਸੋ ਵੀ ਬਜ਼ੁਰਗ ਮਾਤਾ ਜੀ ਜਿਹਨਾਂ ਦਾ ਪਤੀ ਉਹ ਬੇਟੇ ਦੀ ਡੈਥ ਹੋ ਜੀ, ਉਹ ਵਿਚਾਰੇ ਇੱਥੇ ਆਪਣੇ ਘਰ ਆ ਕੇ ਬੈਠੇ, ਜਦੋਂ ਸਰਕਾਰ ਦਾ ਬੈਨ ਲਾ ਮਾਤਾ ਜੀ? ਕੋਈ ਗੱਲ ਨਹੀਂ ਕਰਨੀ ਵੀਰ, ਮੇਰੇ ਵੱਸ ਦੀ ਕੋਈ ਗੱਲ ਨਹੀਂ, ਮੈਂ ਕੋਈ ਗੱਲ ਨਹੀਂ ਕਰਨੀ ਨਾ, ਮੇਰੇ ਕੋਈ ਵੱਸ 'ਚ ਨਹੀਂ ਰਿਹਾ ਹੈ ਨਾ, ਮੈਂ ਕੋਈ ਗੱਲ ਨਹੀਂ ਕਰ ਸਕਦੀ। ਤੁਸੀਂ ਦੱਸੋ ਵੀ ਮਾਤਾ ਜੀ ਵਿਚਾਰੇ ਕੋਈ ਗੱਲ ਕਰਨ ਦੀ ਪੁਜੀਸ਼ਨ ਜੀ ਨੇ, ਔਰ ਇਹ ਉਹਨਾਂ ਦਾ ਆਪਣਾ ਘਰ ਜਿੱਥੇ ਇੱਕ ਤੁਸੀਂ ਦੇਖੋ ਵੀ ਵੋਟ ਲਾ ਦਿੱਤਾ ਗਿਆ, ਵੀ ਇੰਤਜ਼ਾਮ ਕਰ ਲਿਆ ਗਿਆ, ਔਰ ਇੱਥੇ ਆਉਣ ਵਾਸਤੇ ਉਹਨਾਂ ਨੂੰ ਇੱਕ ਜਿਹੜਾ ਉਹਨਾਂ ਨੇ ਬੈਂਕ ਵਾਲਿਆਂ ਨੇ ਗਾਰਡ ਬਿਠਾਤਾ, ਉਹ ਗਾਰਡ ਦੀ ਪਰਮਿਸ਼ਨ ਲੈ ਕੇ ਆਪਣੇ ਘਰ 'ਚ ਵਿਚਾਰੇ ਇੱਥੇ ਬੇਟਾ, ਤੁਸੀਂ ਦੇਖੋ ਕਿੰਨਾ ਮੋਸ਼ਨਲ, ਉਹ ਮਾਂ ਨੂੰ ਵਾਰ ਵਾਰ ਤੰਗ ਕਰ ਰਿਹਾ ਕਿ ਮੈਂ ਆਪਣੇ ਘਰ ਜਾਣਾ, ਉਹ ਵਿਚਾਰੀ ਮਾਤਾ ਆਪਣੇ ਦੇ ਘਰ ਦੀ ਮਾਂ ਲੈ ਕੇ ਆਈਏ, ਅਤੇ ਉੱਥੇ ਵੀ ਇਸ ਹਾਲਾਤ ਦੇਖ ਲਿਆ ਵੀ ਕੀ ਹਾਲਾਤ ਹੋ ਸਕਦਾ ਜੀ, ਇੱਕ ਮਾਂ ਦੀ ਇੱਕ ਬੇਟੇ ਦੀ ਇੱਕ ਲੋਨ ਦੇ ਚੱਲਦੇ ਇਹਨਾਂ ਦਾ ਕੀ ਕਸੂਰ ਸੀ, ਜੇ ਲੋਨ ਜਿਹਨਾਂ ਲਿਆ ਉਹਨਾਂ ਦੀ ਡੈਥ ਹੋ ਗਈ, ਪਰ ਇਹ ਵਿਚਾਰੇ ਜਿਹੜੇ ਮਾਂ ਪੁੱਤ ਔਰ ਇੱਕ ਦਾਦੀ ਹੈ ਬੇਘਰ ਹੋ ਗਏ, ਤੁਸੀਂ ਦੇਖ ਸਕਦੇ ਦਾਦੀ ਕਿੰਨੀ ਮੁਸ਼ਕਿਲ ਹੋ ਗਏ, ਵਿਚਾਰੀ ਆਪਣੇ ਬੱਚੇ ਨੂੰ ਮਿਲ ਰਹੀ, ਕਿਉਂਕਿ ਦੋਨੇ ਦਾਦੀ ਜਿਹੜੀ ਕਿਸੇ ਘਰ ਰਹਿ ਰਹੀ ਹੈ, ਜਿਹੜੀ ਉਹਦੀ ਮਤਲਬ ਬੱਚੇ ਦੀ ਕਿਸੇ ਘਰ ਰਹਿ ਰਹੀ, ਇਸ ਕਰਕੇ ਤੁਸੀਂ ਸਰਕਾਰਾਂ ਗਾੜੀ ਜਾਂ ਸਫੇ ਜਥੇਬੰਦੀ ਗਾੜੀ ਅਪੀਲ ਆ ਵੀ ਇਹਨਾਂ ਦੇ ਗਾੜੀ ਸਮਾਜ ਸੇਵੀ ਕੁਛ ਆਵੇ, ਇਹਨਾਂ ਦਾ ਜਿਹੜਾ ਲੋਨ ਉਤਾਰੇ ਅਤੇ ਇਹਨਾਂ ਵਿਚਾਰਿਆਂ ਦੀ ਕੋਈ ਖਲਾਸੀ ਹੋ ਸਕਦੀ, ਆਪਣੇ ਘਰ 'ਚ ਵਾਪਸ ਆ ਸਕਣ। ਨਿਊਜ਼ 18 ਪੰਜਾਬ ਲਈ ਧਾਰੀਵਾਲ ਤੋਂ ਬਿਸ਼ੰਬਰ ਬਿੱਟੂ।